इंडिया बारे भी दस दो की ऑप्शन है, कहड़ा इंडेट अवेलेबल है, मिनिमम प्रोफाइल रिक्वायरमेंट जी है की होनी चाहिए है। देखो ऑस्ट्रेलिया जो आप गल कर रहे हैं, ऑस्ट्रेलिया का इस टाइम एक बहुत सुनहरी मौका है जिन्हें बच्चों ने ऑस्ट्रेलिया वास्ते अप्लाई करना है। ऑस्ट्रेलिया के अज ही आप गल करिए, जमें आपको पता ही है कि ऑस्ट्रेलिया कैपिंग सिस्टम स्टार्ट होने वाला है, उस तो पहला हर एक कॉलेज हर एक यूनिवर्सिटी में यह है कि जिन्ने ज्यादा स्टूडेंट उन्होंने को ला सकन उन्नी ज्यादा बैटर है। 150 स्टूडेंट का सू टारगेट है कि 150 स्टूडेंट असी एक कॉलेज भेजना है। तुसी अपना ऑफर आज प्रोसीड करो, चाहे तुसी 2022 पास आउट हो, तुसी 2022 पास आउट हो, तुसी पहला रिफ्यूज हो, तुहाडे आयल्स विच 5.5 बैंड है, पीटी दे विच तुहाडे 48 स्कोर है, तुसी ऑस्ट्रेलिया अप्लाई करो। सेम डे तुहानू ऑफर लैटर मिलूगा, ते उस तो बाद आपां जीटी दी जीएसटी जीटी बोलदे आ, नवां नूं चेंज होके जीएसटी हो गया, उह गल करदे कि 5-5 6-6 महीने क्लीयर नहीं हुंदी, बिल्कुल नहीं जी। एक हफ्ते दे विच असीं तुहाडी जीएसटी क्लीयर करवा के दवांगे, जे तुहाडी असीं एक हफ्ते दे विच जीएसटी क्लीयर नहीं करवा पाते, तुसीं साडे तों फाइल वापस लैके जा सकदे हो। एक दिन दे विच ऑफर लैटर है, एक हफ्ते विच तुहाडी जीएसटी क्लीयर होगी, ट्यूशन फीस पे करो, 4 वर्किंग डेज दे विच तुहाडी सीओई आऊगी, सीओई आण दे नाल नाल तुसीं फाइल अंबैसी लगाओ ते तुसीं अपना रिजल्ट लै सकदे हो। इट मीन ਕਿ ਆਪਣੇ ਅਸੀਂ ਕਿ 6-6 ਮਹੀਨੇ ਆਪਣੀ ਜੀਐਸਟੀ ਕਲੀਅਰ ਨਹੀਂ ਹੁੰਦੀ, ਉੱਥੇ ਹੀ 1 ਮਹੀਨੇ ਦੇ ਵਿੱਚ ਤੁਹਾਡੀ ਫਾਈਲ ਅੰਬੈਸੀ ਲੋਗਿਨ ਹੋ ਰਹੀ ਹੈ। ਤੁਸੀਂ ਹਰ ਇੱਕ ਚੀਜ਼ ਤੁਹਾਡੀ ਮੇਲ ਤੇ ਡਾਇਰੈਕਟਲੀ ਕਾਲਜ ਤੋਂ ਰਿਸੀਵ ਹੋ ਰਹੀ ਹੈ। ਤੁਸੀਂ ਅੱਜ ਆਫਰ ਲੈਟਰ ਪ੍ਰੋਸੀਡ ਕੀਤਾ, ਸੇਮ ਡੇ ਆਫਰ ਲੈਟਰ ਆ ਗਿਆ, ਜੀਐਸਟੀ ਕਲੀਅਰ ਦੀ ਤੁਹਾਡੀ ਕਨਫਰਮੇਸ਼ਨ ਤੁਹਾਡੀ ਮੇਲ ਤੇ ਆ ਗਈ, ਤੁਸੀਂ ਕਾਲਜ ਆਪਣੀ ਫੀਸ ਭਰੀ, ਇੰਸ਼ੋਰੈਂਸ ਭਰਿਆ, ਤੁਹਾਡੀ ਸੀਓਈ ਆ ਗਈ, ਅੰਬੈਸੀ ਫੀਸ ਭਰੀ, ਤੁਹਾਡਾ ਫਾਈਲ ਅੰਬੈਸੀ ਚ ਲੋਡ। ਉਹਦੇ ਨਾਲ ਸਭ ਤੋਂ ਬੈਸਟ ਚੀਜ਼ ਕੀ ਹੈ ਕਿ ਤੁਸੀਂ ਆਪਣੀ ਫਾਈਲ ਆਪਣੇ ਸਾਹਮਣੇ ਬੈਠ ਕੇ ਲਗਵਾਉਂਦੇ ਹੋ, ਇਹ ਨਹੀਂ ਆਪਾਂ ਕਹਿ ਸਕਦੇ ਸਾਨੂੰ ਪਤਾ ਨਹੀਂ ਆਪਣੀ ਫਾਈਲ 'ਚ ਕੀ ਲੱਗਿਆ ਕੀ ਨਹੀਂ ਲੱਗਿਆ। ਤੁਸੀਂ ਆਪਣੇ ਵੀਜ਼ਾ ਆਫੀਸਰ ਦੇ ਕੋਲ ਬੈਠੇ ਹੋ, ਤੁਸੀਂ ਹਰ ਇੱਕ ਡਾਕੂਮੈਂਟ ਆਪਣਾ ਉਹ ਆਪਣੇ ਸਾਹਮਣੇ ਅਪਲੋਡ ਕਰਾ ਰਹੇ, ਆਪਣੇ ਸਾਹਮਣੇ ਆਪਣਾ ਫਾਰਮ ਫਿਲ ਕਰਵਾ ਰਹੇ, ਆਪਣੀ ਈਮੇਲ ਆਈਡੀ ਪਵਾਉਣੀ ਹੈ ਜਿੰਦੇ ਵਿੱਚ ਸਾਰੀ ਡਿਟੇਲ ਤੁਹਾਡੇ ਕੋਲ ਹੋਏਗੀ। ਤੇ ਅੱਜ ਦੇ ਟਾਈਮ 'ਚ ਆਸਟ੍ਰੇਲੀਆ ਬਹੁਤ ਵੀਜ਼ਾ ਦੇ ਰਿਹਾ ਹੈ, ਤੁਹਾਨੂੰ ਮੈਂ ਰੀਸੈਂਟਲੀ ਦੀ ਗੱਲ ਦੱਸਾਂ, ਲਾਸਟ ਵੀਕ ਦੇ ਵਿੱਚ ਵੀ ਸਾਨੂੰ 17 ਵੀਜ਼ਾ ਮਿਲੇ ਨੇ, ਜਿੰਦੇ ਵਿੱਚੋਂ ਕੁਝ ਬੱਚੇ 2022 ਤੇ ਕੁਝ 2023 ਪਾਸ ਆਊਟ ਨੇ। ਦੇਖੋ 2024 ਦੇ ਵੀਜ਼ਾ ਹੀ ਆ ਰਹੇ ਨੇ, ਬਟ ਆਪਾਂ ਨੂੰ ਇਹ ਡਰ ਹੈ ਕਿ 2023 ਜਾਂ 2022 ਦੇ ਵੀਜ਼ਾ ਨਹੀਂ ਆ ਰਹੇ। ਤੁਸੀਂ ਸਾਡੇ ਕੋਲ ਰੀਚ ਕਰੋ, ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਤੁਸੀਂ ਬੱਚਿਆਂ ਨਾਲ ਲੜਾਂਦੇ ਹਾਂ ਜਿਨ੍ਹਾਂ ਦੇ ਅਸੀਂ 2022 ਦੇ 2023 ਦੇ ਵੀਜ਼ਾ ਦਿੱਤੇ ਨੇ। ਪਰ ਦਿੱਕਤ ਇਹ ਤੁਹਾਡੀ ਪਰਫੈਕਸ਼ਨ ਹੋਣੀ ਚਾਹੀਦੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਚੀਜ਼ ਨੂੰ ਕਿਵੇਂ ਪ੍ਰੈਜੈਂਟ ਕਰਨਾ ਹੈ, ਕੋਈ ਡਾਕੂਮੈਂਟੇਸ਼ਨ ਕਿਵੇਂ ਲਗਾਉਣਾ ਹੈ, ਕਿਉਂਕਿ ਪ੍ਰੈਜੈਂਟੇਸ਼ਨ ਹੀ ਸਭ ਕੁਝ ਮੇਨ ਹੈ। ਤੇ ਉਸ ਤੋਂ ਨਾਲ ਨਾਲ ਤੁਹਾਡਾ ਐਕਸਪੀਰੀਅੰਸ, ਤੁਹਾਡੀ ਕੈਲਕੂਲੇਸ਼ਨ, ਹਰ ਇੱਕ ਚੀਜ਼ ਨੂੰ ਪ੍ਰੋਪਰ ਤੁਸੀਂ ਤੋੜ ਮੋੜ ਕੇ ਲਗਾਓਗੇ, ਤੁਹਾਡਾ ਰਿਜ਼ਲਟ ਪੋਜ਼ਿਟਿਵ ਤੇ ਪ੍ਰੋਪਰ ਟਾਈਮ ਤੇ ਆਊਗਾ। ਬਿਲਕੁਲ, ਆਪਾਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਸਾਈਪ੍ਰਸ ਦੀ, ਜਿਹੜੇ ਵਿਦਾਊਟ ਆਈਲੈਟਸ ਜਾਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ, ਬਹੁਤ ਵਧੀਆ ਇਸ ਟਾਈਮ ਆਪਸ਼ਨ ਹੈਗੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਸੰਬੰਧ ਦੇ ਵਿੱਚ ਅਪਲਾਈ ਕਰਨ ਨੂੰ ਪੁਰਾਣੇ ਰੂਲਸ ਨੇ, ਉਸ ਤੋਂ ਬਾਅਦ ਰੂਲ ਵੀ ਚੇਂਜ ਹੋਣ ਵਾਲੇ ਆ, ਵਰਕਵੀਜ਼ਾ ਨੂੰ ਲੈ ਕੇ ਕੁਛ ਕੋਰਸ ਸਿਲੈਕਸ਼ਨ ਜਿਹੜੀ ਉਹਨਾਂ ਨੇ ਦਿੱਤੀ ਹੈ, ਲਿਸਟ ਦਿੱਤੀ ਹੈ, ਵੈਸੇ ਉਸ ਦੇ ਵਿੱਚ ਤਕਰੀਬਨ 1000 ਕੋਰਸ ਹੈਗੇ ਆ, ਉਹਨਾਂ ਨਾਲ ਹੀ ਤੁਹਾਨੂੰ ਵਰਕਵੀਜ਼ਾ ਜਾਂ ਕੁਛ ਮਿਲਣੀ ਹੈ, ਇਸ ਕਰਕੇ ਹਜੇ ਤੁਸੀਂ ਅਪਲਾਈ ਕਰ ਸਕਦੇ ਹੋ 2025 ਤੋਂ ਲਈ। ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ, ਇੱਕ ਆਸਟ੍ਰੇਲੀਆ ਦਾ ਕੋਰਸ ਗ੍ਰੈਜੂਏਟ ਸਰਟੀਫਿਕੇਟ ਬੋਲਦੇ ਆ ਲੀਡਰਸ਼ਿਪ ਦਾ, ਲੀਡਰਸ਼ਿਪ ਬੋਲਦੀ ਹੈ, ਸਪਲਾਈ ਚੇਨ ਮੈਨੇਜਮੈਂਟ ਗ੍ਰੈਜੂਏਟ ਸਰਟੀਫਿਕੇਟ ਹੈ, ਉਹ ਜਿਹੜਾ ਕੋਰਸ ਹੈ ਉਹ CSOS ਲਿਸਟ ਵਿੱਚ ਵੀ ਹੈਗਾ ਹੈ, ਤੇ ਉਸ ਕੋਰਸ ਦੇ ਵਿੱਚ ਜਦੋਂ ਬੱਚਾ ਪ੍ਰੋਸੀਡ ਕਰਦਾ ਹੈ ਉਹਦਾ ਸਕਸੈਸ ਰੇਟ ਮੋਰ ਦੈਨ 80-85% ਹੈ। ਅੱਜ ਆਫਰ ਲੈਟਰ ਪ੍ਰੋਸੀਡ ਕਰੋਗੇ 24 ਆਫਟਰ ਦਾ ਆਫਰ ਲੈਟਰ ਆ ਜਾਂਦਾ ਹੈ, ਤੇ ਸਭ ਤੋਂ ਮੇਨ ਚੀਜ਼ ਉਹ ਕੋਰਸ ਹੈ ਜਿਹੜਾ ਉਹਦੀ ਹੋਟ ਲਿਸਟ ਵਿੱਚ ਹੈ, ਉਹਦੇ ਵਿੱਚ ਤੁਸੀਂ ਪ੍ਰੋਸੀਡ ਕਰੋ। ਇੱਕ ਮੈਂ ਤੁਹਾਨੂੰ ਕਾਲਜ ਦਾ ਨਾਮ ਦੱਸ ਦਿੰਦਾ, AIBT ਕਾਲਜ ਹੈ ਜਿੰਦਾ 3-4 ਜਗ੍ਹਾ ਕੈਂਪਸ ਹੈ, ਬ੍ਰਿਸਬੇਨ ਦੇ ਵਿੱਚ ਹੈਗਾ ਇਹਨਾਂ ਦਾ ਕੈਂਪਸ, ਹੋਬਰਟ ਵਿੱਚ ਹੈਗਾ, ਤੇ ਇਹਨਾਂ ਦਾ ਐਡੀਲੇਡ ਵਿੱਚ ਵੀ ਕੈਂਪਸ ਹੈਗਾ, ਤੁਸੀਂ ਉੱਥੇ ਪ੍ਰੋਸੀਡ ਕਰੋ। ਬਹੁਤ ਬੈਸਟ ਕੋਰਸ ਹੈ ਕਿਉਂਕਿ ਉਹਦਾ ਇੱਕ CSOL ਦੇ ਅੰਦਰ ਹੋਣ ਦੇ ਕਰਕੇ ਤੁਹਾਨੂੰ ਵਰਕ ਪਰਮਿਟ ਵੀ ਮਿਲੂਗਾ, ਤੁਹਾਨੂੰ PR ਦੇ ਵਿੱਚ ਦਿੱਕਤ ਨਹੀਂ ਆਊਗੀ, ਤੇ ਸਕਸੈਸ ਰੇਟ ਤੁਹਾਡਾ ਜਿਹੜਾ ਸਿੰਪਲ ਕੰਪਿਊਟਰ ਡਿਪਲੋਮਾ ਤੋਂ ਮੱਚ ਬੈਟਰ ਹੈ।